ਦੇਖੋ ਜੀ, ਮੈਂ ਬਾਲਮਕੰਦ ਸ਼ਰਮਾ, ਤੁਸੀਂ ਲੋਕ ਪਹਿਲਾਂ ਹੀ ਪਿਆਰ ਦਿੰਦੇ ਆ ਮੈਨੂੰ। ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਿਵਾਜਿਆ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜੁਆਇਨ ਕੀਤਾ ਅਤੇ 2-3 ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੇ ਮਨ 'ਚ ਆਇਆ ਕਿ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ। ਜ਼ਿੰਮੇਵਾਰੀ ਵੱਡੀ ਆ, ਸਰਕਾਰ ਦਾ ਮਾਨ ਸਾਹਿਬ ਦਾ ਵਿਸ਼ਵਾਸ ਮੇਰੇ 'ਚ ਆਇਆ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਨਦੇਹੀ ਨਾਲ, ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਮੈਂ ਅੱਗੇ ਵੱਧ ਸਕਾਂ। ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਛ ਕਰ ਸਕਾਂ ਉਹਦੇ ਲਈ ਤਾਕਤ ਆਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ, ਮਾਨ ਸਾਹਿਬ ਦੀਆਂ ਉਮੀਦਾਂ 'ਤੇ ਖਰਾ ਉਤਰ ਸਕਾਂ। ਬਹੁਤ ਸਾਰੀਆਂ ਆਪਾਂ ਮਹਿਕਮੇ ਦੇਖੇ ਨੇ, ਬਹੁਤ ਆਪਾਂ ਜਿਹੜਾ ਮਾਰਕਫੈਡ ਨੂੰ ਆਪਾਂ ਬਹੁਤ ਉੱਚਾ ਚੁੱਕ ਲਿਆ, ਕੀ ਕੁਛ ਕਰਨ ਦੀ ਲੋੜ ਹੈਗੀ ਹੈ ਜੀ? ਵੇਖੋ, ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ, ਜੇ ਉਸ ਬੱਚੇ ਨੂੰ ਸਹੀ ਖੁਰਾਕ ਮਿਲੇ, ਪੌਸ਼ਟਿਕ ਆਹਾਰ ਮਿਲੇ, ਜੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੇ ਦੁੱਧ ਚੁੰਘਾਉਂਦੀਆਂ ਜਾਂ ਜਿਹੜੀਆਂ ਪੇਂਡੂ ਔਰਤਾਂ, ਸ਼ਹਿਰੀ ਔਰਤਾਂ, ਉਹਨਾਂ ਨੂੰ ਪੌਸ਼ਟਿਕ ਆਹਾਰ ਮਿਲੇ ਅਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ, ਪੌਸ਼ਟਿਕਤਾ ਦੇ ਕੇ ਖੁਰਾਕ ਮਿਲੇ। ਕੇਂਦਰ ਸਰਕਾਰ, ਪੰਜਾਬ ਸਰਕਾਰ ਇਹ ਜਿਹੜੇ 1 ਕਰੋੜ ਰੁਪਏ ਇਸ ਬਜਟ 'ਚ ਕੱਢਦੇ ਆ, ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਵ ਕੀ ਆ, ਸਾਡੀ ਡਿਊਟੀ ਕੀ ਆ ਕਿ ਜੇ ਆਂਗਨਵਾੜੀ, ਜੇ ਮਿਡ ਡੇ ਮੀਲ, ਜੇ ਡਿਪੂਆਂ 'ਚ ਰਾਸ਼ਨ ਦੀ ਕਣਕ ਆਟਾ, ਜੇ ਉਹ ਸਾਡੇ ਕੰਜ਼ਿਊਮਰ ਨੂੰ, ਖਪਤਕਾਰ ਨੂੰ, ਬੈਨੀਫਿਸ਼ਰੀ ਨੂੰ ਸਹੀ ਮਾਤਰਾ 'ਚ ਅਤੇ ਸਹੀ ਕੁਆਲਿਟੀ ਜਾਵੇ ਤਾਂ ਹੀ ਉਸ ਪੈਸੇ ਦਾ ਮੁੱਲ ਪੈਂਦਾ। ਸੋ ਉਹ ਡਿਊਟੀ ਜਿਹੜੀ ਸਰਕਾਰ ਨੇ ਲਾਈ ਆ ਅਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੇਜਸ ਹੈਗੀਆਂ, ਜੋ ਵੀ ਕੁਛ ਮਾਲ ਪ੍ਰੈਕਟਿਸ ਹੈਗੀਆਂ ਤਾਂ ਉਹ ਦੂਰ ਹੋਣ ਅਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਨ ਅਤੇ ਲੋਕਾਂ ਨੂੰ ਸਹੀ ਪੌਸ਼ਟਿਕਾਰ ਮਿਲੇ। ਪੰਜਾਬ ਦੇ ਟੈਕਸ ਦਾ ਪੈਸਾ ਕੇਂਦਰ ਵੱਲ ਜਾਂਦਾ, ਕੇਂਦਰ ਉਹਦੀਆਂ ਸਹੂਲਤਾਂ ਬਣਾ ਕੇ ਫੂਡ ਦੇ ਰੂਪ ਵਿੱਚ ਦਿੰਦੀ ਹੈ, ਕਿਤੇ ਨਾ ਕਿਤੇ ਆਪਾਂ ਨੂੰ ਕਮੀ ਰਹਿ ਜਾਂਦੀ ਹੈ ਲੈਣ ਲੱਗਿਆਂ? ਦੇਖੋ, ਇਹ ਤਾਂ ਸਰਕਾਰ ਦੇ ਪੱਧਰ 'ਤੇ ਮੁੱਦੇ ਆ, ਮੈਂ ਉੱਤੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ, ਬਟ ਮੈਂ ਇਹ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇੱਥੇ ਐਲੋਕੇਟ ਕਰਦੀ ਆ, ਭਾਵੇਂ ਉਹ ਸਮਾਜ ਭਲਾਈ ਮਹਿਕਮੇ ਰਾਹੀਂ, ਭਾਵੇਂ ਉਹ ਖੁਰਾਕ ਸਪਲਾਈ ਮਹਿਕਮੇ ਰਾਹੀਂ, ਭਾਵੇਂ ਉਹ ਐਜੂਕੇਸ਼ਨ ਮਹਿਕਮੇ ਰਾਹੀਂ, ਜਿਹੜਾ ਆਮ ਖਪਤਕਾਰ ਆ, ਜੋ ਉਹਦਾ ਹੱਕ ਆ, ਉਹਨੂੰ ਹੱਕ ਮਿਲੇ, ਉਸ ਹੱਕ ਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ, ਉੱਥੇ ਕਮਿਸ਼ਨ ਹਮੇਸ਼ਾ ਤਿਆਰ ਰਹੇ। ਅਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕਮਿਸ਼ਨ ਆ, 2013 ਵਿੱਚ ਭਾਰਤ ਸਰਕਾਰ ਨੇ ਫੂਡ ਸਿਕਿਉਰਟੀ ਐਕਟ ਬਣਾਇਆ, ਉਸ ਐਕਟ ਅਧੀਨ ਸਾਰਿਆਂ ਰਾਜਾਂ ਨੂੰ ਕਿਹਾ ਗਿਆ ਵੀ ਖੁਰਾਕ ਕਮਿਸ਼ਨ ਸਥਾਪਿਤ ਕਰੋ, ਚੇਅਰਮੈਨ 5 ਮੈਂਬਰ ਲਾਓ, ਉਹ ਮੈਂਬਰ ਸਾਹਿਬਾਨ ਜਿਹੜੇ ਕੰਮ ਕਰ ਰਹੇ ਆ, ਸਕੂਲਾਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਡਿਪੂਆਂ 'ਚ ਜਾ ਕੇ ਚੈੱਕ ਕਰਦੇ ਆ, ਅਤੇ ਅਸੀਂ ਕੰਸਰਨਡ ਮਹਿਕਮੇ ਰਾਹੀਂ, ਕੰਸਰਨ ADC ਡਿਵੈਲਪਮੈਂਟ ਰਾਹੀਂ ਇਹ ਪੂਰਾ ਮੋਨੀਟਰ ਕਰਦੇ ਹਾਂ ਕਿ ਸਹੀ ਲੋਕਾਂ ਨੂੰ ਚੀਜ਼ ਪਹੁੰਚੇ। ਜਿਹੜਾ ਕਈ ਵਾਰੀ ਲੰਬ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ, ਉਹ ਕੀ ਕਮੀਆਂ ਰਹਿ ਜਾਂਦੀਆਂ? ਦੇਖੋ, ਮੈਂ ਤਾਂ ਹਜੇ ਬਿਲਕੁਲ ਕੁਛ ਦਿਨ ਪੁਰਾਣਾ, ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮ 'ਚ ਕੰਮ ਕਰਦੇ ਹਾਂ ਇਹਦੇ ਵਿੱਚ ਕਾਫੀ ਮਿਡਲਮੈਨ ਵੀ ਆ ਜਾਂਦੇ ਆ। ਸੋ ਜਿਹੜੇ ਮਿਡਲਮੈਨ ਕੰਮ ਕਰਦੇ ਆ, ਹੁਣ ਹਰ ਇੱਕ ਮਿਡਲਮੈਨ ਦਾ ਇੱਕ ਆਪਣਾ ਕਰੈਕਟਰ ਹੁੰਦਾ, ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ।